ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਦੱਸ ਦੇ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੁਣ ਵੋਟਰਸ ਜਿਹੜੇ ਨੇ ਵੋਟਾਂ ਪਾਉਣ ਦੇ ਲਈ ਪਹੁੰਚ ਚੁੱਕੇ ਨੇ ਤਾਂ ਕਿਹਾ ਜਾ ਸਕਦਾ ਕਿ ਲੋਕਤੰਤਰ ਦਾ ਇਹ ਸਭ ਤੋਂ ਵੱਡਾ ਤਿਉਹਾਰ ਹੈ। ਚੋਣਾਂ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਕਿਹਾ ਜਾਂਦਾ ਜਿਸ ਵੇਲੇ ਵੋਟਰਸ ਜਿਹੜੇ ਨੇ ਆਪਣਾ ਮਤਦਾਨ ਕਰਨ ਦੇ ਲਈ ਪਹੁੰਚਦੇ ਨੇ, ਆਪਣੀ ਮਨਪਸੰਦ ਦੀ ਜਿਹੜੀ ਪਾਰਟੀ ਹੈ ਉਸਨੂੰ ਵੋਟ ਪਾਈ ਜਾਂਦੀ, ਆਪਣੇ ਮਨਪਸੰਦੀਦਾ ਜਿਹੜੇ ਨੇਤਾ ਨੇ ਉਸਨੂੰ ਵੋਟ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਅੱਜ ਤੋਂ ਰਾਜਸਥਾਨ ਦੇ ਵਿੱਚ ਵੋਟਿੰਗ ਜਿਹੜੀ ਹੈ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਅਸਮ ਦੇ ਵਿੱਚ ਅਤੇ ਹੋਰ ਵੀ ਕਈ ਸੂਬੇ ਨੇ ਜਿਸ ਦੇ ਵਿੱਚ ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਇਸ ਦੇ ਨਾਲ ਹੀ ਤਮਿਲਨਾਡੂ, ਤ੍ਰਿਪੁਰਾ, ਉੱਤਰਾਖੰਡ, ਪੱਛਮ ਬੰਗਾਲ ਅਤੇ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਜੰਮੂ ਕਸ਼ਮੀਰ, ਲਕਸ਼ਦਵੀਪ ਅਤੇ ਪੁਡੂਚੇਰੀ ਦੇ ਵਿੱਚ ਵੋਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਪਹਿਲੇ ਪੜਾਅ ਦੇ ਵਿੱਚ ਇਹ ਕੁੱਲ ਮਿਲਾ ਕੇ 102 ਸੀਟਾਂ ਨੇ ਜਿਨ੍ਹਾਂ ਦੇ ਉੱਪਰ ਇਹ ਵੋਟਿੰਗ ਹੋ ਰਹੀ ਹੈ ਅਤੇ ਜਿਹੜੇ ਸਤਿਗੁਰੂ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚ ਚੁੱਕੇ ਨੇ। ਦੇਖਿਆ ਜਾ ਸਕਦਾ ਹੈ ਬਾਬਾ ਰਾਮਦੇਵ ਵੀ ਜਿਹੜੇ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚੇ ਨੇ। ਤਾਂ ਇਹਨਾਂ ਚੋਣਾਂ ਦਾ ਨਤੀਜਾ ਜਿਹੜੇ 4 ਜੂਨ ਨੂੰ ਸਾਹਮਣੇ ਆਏਗਾ ਕਿ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ। ਪਰ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ 21 ਸੂਬਿਆਂ ਦੀ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਸਵੇਰੇ 9 ਵਜੇ ਤੱਕ। ਬੰਗਾਲ ਵਿੱਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ ਜਿਹੜੀ ਕਿ 15% ਰਹੀ। ਇਸ ਦੇ ਨਾਲ ਹੀ ਕੁਛ ਬਿਹਾਰ ਦੇ ਵਿੱਚ TMC ਅਤੇ ਜਿਹੜੇ BJP ਸਮਰਥਕ ਨੇ ਉਹਨਾਂ ਦੇ ਵਿੱਚ ਪਥਰਾਅ ਹੋਣ ਦਾ ਮਾਮਲਾ ਵੀ ਜਿਹੜਾ ਸਾਹਮਣੇ ਆ ਰਿਹਾ। ਤਾਂ ਅਕਸਰ ਹੀ ਦੇਖਿਆ ਜਾਂਦਾ ਜਿਸ ਵੇਲੇ ਵੋਟਿੰਗ ਹੁੰਦੀ ਹੈ ਉਸ ਵੇਲੇ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਕੋਈ ਨਾ ਕੁਛ ਨਾ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮਾਹੌਲ ਜਿਹੜਾ ਤਣਾਅਪੂਰਨ ਹੋ ਜਾਂਦਾ। ਅਤੇ ਹੁਣ ਦੇਖਿਆ ਜਾ ਸਕਦਾ ਕੁਚ ਬਿਹਾਰ ਦੇ ਵਿੱਚ TMC ਅਤੇ BJP ਸਮਰਥਕਾਂ ਦੇ ਵਿੱਚ ਪਥਰਾਅ ਹੋਇਆ। ਲੋਕ ਸਭਾ ਦੇ ਪਹਿਲੇ ਪੜਾਅ ਦੇ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹਿਣ ਵਾਲੀ ਹੈ। ਵੋਟਰ ਟਰਨਆਊਟ ਐਪ ਦੇ ਮੁਤਾਬਕ ਸਵੇਰੇ 9 ਵਜੇ ਤੱਕ ਬੰਗਾਲ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਹੈ। ਇੱਥੇ 15.19% ਵੋਟਾਂ ਪਈਆਂ ਨੇ। ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਕਿ ਸਭ ਤੋਂ ਘੱਟ ਵੋਟਿੰਗ ਅਰੁਣਾਚਲ ਵਿੱਚ ਹੋਈ ਹੈ ਜਿੱਥੇ ਮਹਿਜ਼ 5% ਵੋਟਿੰਗ ਹੋਈ ਹੈ। ਬੰਗਾਲ ਦੇ ਕੂਚ ਬਿਹਾਰ ਵਿੱਚ BJP ਇਸ ਦੇ ਨਾਲ ਹੀ TMC ਵਰਕਰਾਂ ਦੇ ਵਿੱਚ ਪਥਰਾਅ ਹੋਇਆ ਹੈ। ਇਸ ਪੜਾਅ ਦੇ ਵਿੱਚ ਮਣੀਪੁਰ ਦੀਆਂ 2 ਲੋਕ ਸਭਾ ਸੀਟਾਂ, ਮਣੀਪੁਰ ਇਨਰ ਅਤੇ ਮਣੀਪੁਰ ਆਊਟਰ 'ਤੇ ਵੀ ਵੋਟਿੰਗ ਹੋ ਰਹੀ ਹੈ। ਹਿੰਸਾ ਦੇ ਮੱਦੇਨਜ਼ਰ ਬਾਹਰੀ ਸੀਟਾਂ ਦੇ ਕੁਝ ਹਿੱਸਿਆਂ 'ਤੇ 26 ਅਪ੍ਰੈਲ ਨੂੰ ਵੋਟਿੰਗ ਕਰਵਾਈ ਜਾਏਗੀ। ਦੱਸ ਦਈਏ ਕਿ 2019 ਦੇ ਵਿੱਚ ਇਹਨਾਂ 102 ਲੋਕ ਸਭਾ ਸੀਟਾਂ ਵਿੱਚ ਭਾਜਪਾ ਦੇ ਵੱਲੋਂ 40, DMK ਦੇ ਵੱਲੋਂ 24 ਅਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸੀ ਅਤੇ ਹੋਰਨਾਂ ਨੂੰ 23 ਸੀਟਾਂ ਦੇ ਉੱਪਰ ਜਿੱਤ ਮਿਲੀ ਸੀ। ਇਸ ਪੜਾਅ ਦੇ ਵਿੱਚ ਜ਼ਿਆਦਾਤਰ ਸੀਟਾਂ 'ਤੇ ਇਹਨਾਂ ਤਿੰਨਾਂ ਪਾਰਟੀਆਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਪਹਿਲੇ ਪੜਾਅ ਵਿੱਚ 1625 ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਵਿੱਚੋਂ 1491 ਪੁਰਸ਼ ਅਤੇ 134 ਮਹਿਲਾਵਾਂ ਉਮੀਦਵਾਰ ਨੇ। ਇਸ ਵਾਰ 8 ਕੇਂਦਰੀ ਮੰਤਰੀ, 1 ਸਾਬਕਾ ਮੁੱਖ ਮੰਤਰੀ ਅਤੇ 1 ਸਾਬਕਾ ਰਾਜਪਾਲ ਵੀ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ
ਨਜ਼ਰ ਆ ਰਹੇ ਨੇ। ਗੱਲ ਕੀਤੀ ਜਾਏ ਇੱਕ ਸਾਬਕਾ ਮੁੱਖ ਮੰਤਰੀ ਦੀ ਤਾਂ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ। 8 ਕੇਂਦਰੀ ਮੰਤਰੀ ਵੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਇਸ ਦੇ ਨਾਲ ਹੀ ਇੱਕ ਸਾਬਕਾ ਰਾਜਪਾਲ ਵੀ ਜਿਹੜੇ ਨੇ ਉਹ ਵੀ ਦੇਖਿਆ ਜਾ ਸਕਦਾ ਇਸ ਵਾਰੀ ਚੋਣ ਲੜਨਗੇ। ਤਾਂ ਅੱਜ ਪਹਿਲਾ ਦਿਨ ਹੈ ਲੋਕ ਸਭਾ ਚੋਣਾਂ ਦਾ। 102 ਸੀਟਾਂ ਦੇ ਉੱਪਰ ਇਸ ਵੋਟਿੰਗ ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਵੋਟਰਸ ਜਿਹੜੇ ਨੇ ਪਹੁੰਚ ਚੁੱਕੇ ਨੇ ਲਾਈਨਾਂ ਦੇ ਵਿੱਚ ਲਾ ਕੇ ਉਹਨਾਂ ਦੇ ਵੱਲੋਂ ਆਪਣਾ ਕੀਮਤੀ ਵੋਟ ਜਿਹੜਾ ਆਪਣੀ ਮਨ ਪਸੰਦੀਦਾ ਪਾਰਟੀ ਨੂੰ ਪਾਇਆ ਜਾ ਰਿਹਾ ਤਾਂ ਜੋ ਉਸ ਪਾਰਟੀ ਨੂੰ ਜਿਤਾਇਆ ਜਾ ਸਕੇ। ਪੰਜਾਬ ਦੀ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਵਿੱਚ ਵੋਟਿੰਗ ਹੋਵੇਗੀ। ਬਿਲਕੁਲ ਅਖੀਰਲਾ ਪੜਾਅ ਜਿਹੜਾ ਦੇਖਿਆ ਜਾਏਗਾ ਕਿ ਪੰਜਾਬ ਦੇ ਵਿੱਚ ਵੋਟਿੰਗ ਹੋਏਗੀ, ਜਿਸ ਦੀ ਤਰੀਕ 1 ਜੂਨ ਹੈ ਅਤੇ ਮਹਿਜ਼ 2 ਦਿਨ ਬਾਅਦ 4 ਜੂਨ ਨੂੰ ਨਤੀਜਾ ਸਾਹਮਣੇ ਆ ਜਾਏਗਾ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ। ਅੱਜ ਤੋਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਗਈ ਹੈ ਅਤੇ ਦੱਸ ਦੇ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਹੁਣ ਵੋਟਰਸ ਜਿਹੜੇ ਨੇ ਵੋਟਾਂ ਪਾਉਣ ਦੇ ਲਈ ਪਹੁੰਚ ਚੁੱਕੇ ਨੇ। ਤਾਂ ਕਿਹਾ ਜਾ ਸਕਦਾ ਕਿ ਲੋਕਤੰਤਰ ਦਾ ਇਹ ਸਭ ਤੋਂ ਵੱਡਾ ਤਿਉਹਾਰ ਹੈ। ਚੋਣਾਂ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਕਿਹਾ ਜਾਂਦਾ, ਜਿਸ ਵੇਲੇ ਵੋਟਰਸ ਜਿਹੜੇ ਨੇ ਆਪਣਾ ਮਤਦਾਨ ਕਰਨ ਦੇ ਲਈ ਪਹੁੰਚਦੇ ਨੇ। ਆਪਣੀ ਮਨਪਸੰਦ ਦੀ ਜਿਹੜੀ ਪਾਰਟੀ ਹੈ ਉਸਨੂੰ ਵੋਟ ਪਾਈ ਜਾਂਦੀ, ਆਪਣੇ ਮਨਪਸੰਦੀਦਾ ਜਿਹੜੇ ਨੇਤਾ ਨੇ ਉਸਨੂੰ ਵੋਟ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਅੱਜ ਤੋਂ ਰਾਜਸਥਾਨ ਦੇ ਵਿੱਚ ਵੋਟਿੰਗ ਜਿਹੜੀ ਹੈ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਅਸਮ ਦੇ ਵਿੱਚ ਅਤੇ ਹੋਰ ਵੀ ਕਈ ਸੂਬੇ ਨੇ ਜਿਸ ਦੇ ਵਿੱਚ ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਇਸ ਦੇ ਨਾਲ ਹੀ ਤਮਿਲਨਾਡੂ, ਤ੍ਰਿਪੁਰਾ, ਉੱਤਰਾਖੰਡ, ਪੱਛਮ ਬੰਗਾਲ ਅਤੇ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਜੰਮੂ ਕਸ਼ਮੀਰ, ਲਕਸ਼ਦਵੀਪ ਅਤੇ ਪੁਡੂਚੇਰੀ ਦੇ ਵਿੱਚ ਵੋਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਪਹਿਲੇ ਪੜਾਅ ਦੇ ਵਿੱਚ ਇਹ ਕੁੱਲ ਮਿਲਾ ਕੇ 102 ਸੀਟਾਂ ਨੇ ਜਿਨ੍ਹਾਂ ਦੇ ਉੱਪਰ ਇਹ ਵੋਟਿੰਗ ਹੋ ਰਹੀ ਹੈ ਅਤੇ ਜਿਹੜੇ ਸਤਿਗੁਰੂ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚ ਚੁੱਕੇ ਨੇ। ਦੇਖਿਆ ਜਾ ਸਕਦਾ ਬਾਬਾ ਰਾਮਦੇਵ ਵੀ ਜਿਹੜੇ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚੇ ਨੇ। ਤਾਂ ਇਹਨਾਂ ਚੋਣਾਂ ਦਾ ਨਤੀਜਾ ਜਿਹੜਾ 4 ਜੂਨ ਨੂੰ ਸਾਹਮਣੇ ਆਏਗਾ ਕਿ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ। ਪਰ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ 21 ਸੂਬਿਆਂ ਦੀ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਸਵੇਰੇ 9 ਵਜੇ ਤੱਕ। ਬੰਗਾਲ ਵਿੱਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ ਜਿਹੜੀ ਕਿ 15% ਰਹੀ। ਇਸ ਦੇ ਨਾਲ ਹੀ ਕੂਚ ਬਿਹਾਰ ਦੇ ਵਿੱਚ TMC ਅਤੇ ਜਿਹੜੇ BJP ਸਮਰਥਕ ਨੇ ਉਹਨਾਂ ਦੇ ਵਿੱਚ ਪਥਰਾਅ ਹੋਣ ਦਾ ਮਾਮਲਾ ਵੀ ਜਿਹੜਾ ਸਾਹਮਣੇ ਆ ਰਿਹਾ। ਤਾਂ ਅਕਸਰ ਹੀ ਦੇਖਿਆ ਜਾਂਦਾ ਜਿਸ ਵੇਲੇ ਵੋਟਿੰਗ ਹੁੰਦੀ ਹੈ ਉਸ ਵੇਲੇ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ